ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਕੋਈ ਚਰਚਾ ਨਹੀਂ ਕਰ ਰਹੇ ਪਰ ਅਸੀਂ ਇੱਕ ਖੁਸ਼ੀ ਦੀ ਖਬਰ ਦੇ ਰਹੇ ਹਾਂ ਜਿਹੜੀ ਕਿ ਜਿਸ ਤੇ ਸਾਰਾ ਸਿੱਖ ਜਗਤ ਸਿੱਖ ਪੰਥ ਖੁਸ਼ ਹੋਵੇਗਾ ਉਹ ਇਹ ਹੈ ਕਿ ਡਾਕਟਰ ਵਿਜੇ ਸਤਬੀਰ ਸਿੰਘ ਜੀ ਨੂੰ ਤਖਸਰੀ ਸੱਚਗੰਨ ਸ੍ਰੀ ਹਜੂਰ ਅਬਜਲ ਨਗਰ ਨੰਦੇੜ ਦੇ ਚੇਅਰਮੈਨ ਲਗਾਇਆ ਗਿਆ ਉਹਨਾਂ ਤੋਂ ਪਹਿਲੇ ਇੱਕ ਨਾਨ ਸਿੱਖ ਅਬੇਜੀਤ ਰਜਿੰਦਰ ਰਾਉਤ ਨੂੰ ਲਗਾਇਆ ਗਿਆ ਸੀ ਜੋ ਨੰਦੇੜ ਦੇ ਕਲੈਕਟਰ ਹਨ ਤੋਂ ਸਿੱਖ ਸੰਤਾ ਇਸ ਗੱਲ ਦਾ ਬੜਾ ਰੋਸ ਸੀਗਾ ਵਿਸ਼ ਪਦਰ ਤੇ ਇੱਕ ਨਾਨ ਸਿੱਖ ਯਾਨੀ ਕਿ ਕਲੀਨ ਸ਼ੇਵ ਕਿਵੇਂ ਹੋ ਸਕਦਾ ਹੈ ਸਿੱਖ ਤਖਤ ਦਾ ਐਡਮਿਨਿਸਟਰेटर ਪਰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਮਹਾਰਾਸ਼ਟਰ ਗਵਰਨਮੈਂਟ ਨੂੰ ਸ਼ਾਇਦ ਸਿੱਖ ਪਰੰਪਰਾਵਾਂ ਦਾ ਪਤਾ ਨਹੀਂ ਸੀ ਸੋ ਉਹਨਾਂ ਨੇ ਇੱਕ ਰੂਟੀਨ ਚ ਨਿਯੁਕਤੀ ਕਰਤੀ ਬਈ ਦਾ ਇੱਕ ਐਡਮਿਨਿਸਟਰेटर ਦਾ ਤੇ ਉਸ ਦੀ ਕਾਫੀ ਧੇਰ ਸਿੱਖ ਸੰਸਥਾਵਾਂ ਵੱਲੋਂ ਵਿਸ਼ ਵਿਧਰਤੇ ਜਿੱਥੇ ਖੰਡਨ ਕੀਤਾ ਗਿਆ ਅਤੇ ਨਾਲ ਹੀ ਮੰਗ ਕੀਤੀ ਗਈ ਕਿ ਇੱਕ ਅਜੇ ਹੀ ਸ਼ਖਸੀਅਤ ਨੂੰ ਚੇਅਰਮੈਨ ਲਗਾਇਆ ਜਾਏ ਜਿਸ ਦਾ ਸੰਪੂਰਨ ਸੇਖਣਾ ਜ਼ਰੂਰੀ ਹੈ ਔਰ ਉਹ ਸਿੱਖ ਜਿਹੜੀ ਧਾਰਮਿਕ ਮਰਿਆਦਾ ਹੈ ਔਰ ਇਹਨਾਂ ਸੰਸਥਾਵਾਂ ਨੂੰ ਚਲਾਣ ਦੀ ਜਿਹੜੀ ਮਰਿਆਦਾ ਮਰਿਆਦਾ ਹੈ ਤੇ ਇਹਨਾਂ ਸਤਾਵਾਂ ਦੀ ਜੋ ਉਹ ਇਤਰਤਾ ਹੈ ਸੈਂਕਟੀਸਿਟੀ ਹੈ ਉਸ ਨੂੰ ਬਰਕਰਾਰ ਰੱਖ ਸਕੇ ਇਹ ਮੰਗਾਂ ਜ ਪੂਰੀ ਹੋ ਗਈ ਸੋ ਡਾਕਟਰ ਵਿਜੇ ਸਤਵੀਰ ਸਿੰਘ ਉਹਨਾਂ ਨੂੰ ਨਿਯੁਕਤ ਕਰਤਾ ਗਿਆ ਉਹਨਾਂ ਦੀ ਨਿਯੁਕਤੀ ਲਈ ਮਹਾਰਾਸ਼ਟਰ ਸਰਕਾਰ ਨੇ ਨੋਟੀਫਿਕੇਸ਼ਨ ਵੀ ਇਸ਼ੂ ਕੀਤਾ ਅਸੀਂ ਇੱਥੇ ਨੋਟੀਫਿਕੇਸ਼ਨ ਦੇਖ ਸਕਦੇ ਹਾਂ ਤੁਸੀਂ ਔਰ ਇਹ ਸਾਰਾ ਜੋ ਉਦਮ ਸੀਗਾ ਇਹ ਦਿੱਲੀ ਸਟੇਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਰਮੇਦ ਸਿੰਘ ਕਾਲਕਾ ਜੀ ਉਹਨਾਂ ਦੇ ਨਾਲ ਇਸ ਸੰਸਥਾ ਦੇ ਜਨਰਲ ਸੈਕਟਰੀ ਜਗਦੀਪ ਸਿੰਘ ਕਾਲੋਂ ਜੀ ਅਤੇ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਜਾਨੀ ਕਿ ਜੋ ਪ੍ਰਾਈਮ ਮਿਨਿਸਟਰ ਦੇ ਸਿੱਖ ਮੁੱਦਿਆਂ ਉੱਪਰ ਸਿੱਖ ਜਿਹੜੀਆਂ ਹੈਗੀਆਂ ਪ੍ਰੋਬਲਮ ਉਹਨਾਂ ਬਾਰੇ ਉਹਨਾਂ ਦੇ ਸਲਾਹਕਾਰ ਮੰਨੇ ਜਾਂਦੇ ਉਹ ਵੀ ਨਾਲ ਗਏ ਅਤੇ ਉਹਨਾਂ ਨੇ ਮਹਾਰਾਸ਼ਟra ਦੇ ਦਿਪਤੀ ਚੀਫ ਮਿਨਿਸਟਰ ਦਵਿੰਦਰ ਫੈਡ ਫੈਡਨਵੀਸ ਨਾਲ ਇੱਕ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਬਈ ਇਹ ਇੱਕ ਗਲਤੀ ਹੋ ਗਈਏ ਨੁਕਸ ਹੋ ਗਈ ਅਣਜਾਣੇ ਚ ਹੋਈ ਹੈ ਇਨ ਐਡਵਰਟੈਂਟਲੀ ਹੋਈ ਉਹ ਇਹਨੂੰ ਬਦਲ ਦਿੱਤਾ ਜਾਇ ਉਹਨਾਂ ਨੇ ਉਹਨਾਂ ਦੇ ਬੈਠਿਆਂ ਬੈਠਿਆਂ ਹੀ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਅਤੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਸਿੱਖ ਲੀਡਰ ਉਹਨਾਂ ਨੂੰ ਮਿਲੇ ਸੀ ਉਹਨਾਂ ਦੀ ਇਸ ਡਿਮਾਂਡ ਦਾ ਸਵਾਗਤ ਕਰਦੇ ਹੋਏ ਇਹ ਤੁਰੰਤ ਬਦਲ ਦਿੱਤਾ ਗਿਆ ਅਬੇ ਜੀਤ ਜੋਹਨ ਉਹ ਸੀਨੀਅਰ ਆਈਐਸ ਅਫਸਰ ਹਨ ਉਹ ਇੱਕ ਮਾਨਦਾਰ ਵਧੀਆ ਅਫਸਰ ਹਨ ਅਸੀਂ ਉਹਨਾਂ ਤੇ ਬਹੁਤਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਨੰਦੇੜ ਦੇ ਕਲੈਕਟਰ ਸਨ ਸੋ ਗੁਰੂ ਰੂਟੀਨ ਵਿੱਚ ਉਹਨਾਂ ਨੂੰ ਜੋ ਫਾਈਲ ਜਾਂਦੀ ਹੈ ਉਹਨਾਂ ਨੂੰ ਨੰਦੇੜ ਦੇ ਹੋਣ ਕਰਕੇ ਉਹਨਾਂ ਨੂੰ ਐਡਮਿਨਿਸਟਰेटर ਲਗਾ ਦਿੱਤਾ ਸਾਡਾ ਮੰਨਣਾ ਇਹ ਹੈ ਕਿ ਵੀ ਜਿਹੜੀ ਸਿੱਖ ਸਮੁਦਾਇ ਇਸ ਨੂੰ ਆਪਣੇ ਤਖਤਾਂ ਦੀ ਪਵਿੱਤਰਤਾ ਅਤੇ ਉਹਦੇ ਉੱਪਰ ਮੰਨੀਆਂ ਜਾਂਦੀਆਂ ਜੋ ਮਨਿਆਦਾ ਹੈ ਪਰੰਪਰਾਵਾਂ ਹੈ ਉਹਨਾਂ ਦਾ ਖਿਆਲ ਰੱਖਦੇ ਹੋਏ ਅਜਿਹੇ ਕੰਮਾਂ ਵਿੱਚ ਇੱਕ ਮੁਖਤਾ ਦਿਖਾਣੀ ਚਾਹੀਦੀ ਹੈ ਇੱਕ ਸਾਂਝ ਦਿਖਾਣੀ ਚਾਹੀਦੀ ਹੈ ਇਹਦੇ ਵਿੱਚ ਕੋਈ ਸਿਆਸਤ ਕੱਢਣ ਦੀ ਥਾਂ ਉਹਨਾਂ ਨੂੰ ਸਿੱਖ ਕੌਮ ਦੇ ਮਸਲੇ ਸ਼ਾਂਤੀ ਤੇ ਪਿਆਰ ਨਾਲ ਹੱਲ ਕਰਨੇ ਚਾਹੀਦੇ ਹਰ ਵਕਤ ਇਹ ਲਾਪਣਾ ਕਿ ਸਿੱਖਾਂ ਨਾਲ ਤਾਂ ਕਾ ਸਿੱਖਾਂ ਨਾਲ ਤਾਂ ਕਾ ਹੋ ਗਿਆ ਇਹ ਜੀ ਹੁਣ ਸਾਰੇ ਹਿੰਦੂ ਜਿਹੜੇ ਨੇ ਉਹਨਾਂ ਨੂੰ ਸਾਡੇ ਧਾਰਮਿਕ ਸੰਸਥਾਵਾਂ ਵਿੱਚ ਵੜਨਾ ਚਾਹੁੰਦੇ ਮਤਲਬ ਅਜਿਹਾਂ সুইਪਿੰਗ ਸਟੇਟਮੈਂਟ ਔਰ ਬੇਸਮਝੀ ਚੋਂ ਨਿਕਲੀਆਂ ਸਟੇਟਮੈਂਟ ਸਿੱਖਾਂ ਦਾ ਸਾਰੇ ਦੇਸ਼ 'ਚ ਇਮੇਜ ਖਰਾਬ ਕਰਦੀਆਂ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਗ੍ਰੈਜੂਲੇਸ਼ਨ ਪਾਸ ਕਰਕੇ ਮੰਗ ਕੀਤੀ ਸੀ ਕਿ ਇੱਕ ਨਾਨ ਸਿੱਖ ਨੂੰ ਲਾਇਆ ਐਡਮਿਨਿਸਟਰेटर ਨੂੰ ਢਾਇਆ ਜਾਏ ਔਰ ਉਹਨਾਂ ਨੇ ਕਈ ਪ੍ਰਕਾਰ ਦੇ ਸ਼ੰਕੇ ਵੀ ਪ੍ਰਗਟ ਕੀਤੇ ਸੀ ਜਿਹੜੇ ਕਿ ਬੇਬੁਨਿਆਦ ਸੀ ਅਤੇ ਬੇਬੁਨਿਆਦੀ ਸਾਬਤ ਹੋਏ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਦਲ ਦਿੱਲੀ ਦੀ ਯੂਨਿਟ ਦੇ ਹੈੱਡ ਪਰਮਜੀਤ ਸਿੰਘ ਸਰਨਾ ਜੀ ਨੇ ਵੀ ਕਈ ਤਰ੍ਹਾਂ ਦੀਆਂ ਦੋਸ਼ ਲਾਏ ਬੇਤੁਕੀਆਂ ਗੱਲਾਂ ਕੀਤੀਆਂ ਸਿੱਖ ਬੜੀ ਜਲਦੀ ਇਸ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਹੋਣ ਕੋਈ ਨਾ ਕੋਈ ਸਿੱਖ ਕੌਮ ਦੇ ਇਹਨਾਂ ਸੰਸਥਾਵਾਂ ਉੱਪਰ ਕਿਸੇ ਦੀ ਸਾਜ਼ਿਸ਼ ਹੈ ਕਬਜ਼ਾ ਕਰਨ ਦੀ ਸਿੱਖ ਕਿੰਨੀ ਦੇਰ ਆਪਣੀਆਂ ਸੰਸਥਾਵਾਂ ਦੇ ਕਬਜ਼ਾ ਨਹੀਂ ਹੋਣ ਦਿੰਦੇ ਬੜਾ ਸਾਡਾ ਲੰਮਾ ਇਤਿਹਾਸ ਹੈ ਉਹ ਇਤਿਹਾਸ ਜਿਹੜਾ ਉਹ ਕੁਰਬਾਨੀਆਂ ਦਾ ਇਤਿਹਾਸ ਹੈਗਾ ਤੇ ਉਸ ਨੂੰ ਜਿਹੜੇ ਧਾਰਮਿਕ ਖਿਆਲਾਂ ਦੇ ਸਿੱਖਣ ਜਿਹੜੇ ਗੁਰਮੁਖ ਸਿੱਖ ਹਨ ਔਰ ਜਿਨ੍ਹਾਂ ਦਾ ਸਿਰਫ ਸਿੱਖੀ ਵਿੱਚ ਵਿਸ਼ਵਾਸ ਹੀ ਨਹੀਂ ਬਲਕਿ ਉਹਨਾਂ ਦੀ ਆਪਣੀ ਜੀਵਨ ਸੋਚ ਜੋ ਹੈ ਉਹ ਸਿੱਖੀ ਕਦਰਾਂ ਕੀਮਤਾਂ ਵਾਲੀ ਹੈ ਅਤੇ ਉਹਨਾਂ ਦੀ ਰਹਿਣੀ ਬਹਿਣੀ ਵਿੱਚੋਂ ਸਿੱਖ ਮਾਨ ਮਰਿਆਦਾ ਦੀ ਝਲਕ ਵੀ ਪੈਂਦੀ ਹੈ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਇੱਕ ਸਿੱਖ ਨੂੰ ਐਡਮਿਨਿਸਟਰੇਟਰ ਆਤਾ ਅਤੇ ਉਹਦਾ ਨੋਟੀਫਿਕੇਸ਼ਨ ਵੀ ਕਰਤਾ ਅਤੇ ਸਮੁੱਚੇ ਸਿੱਖ ਜਗਤ ਨੂੰ ਬਹੁਤ-ਬਹੁਤ ਵਧਾਈ ਹੈ ਇਹ ਇਹ ਬਦਲਾਅ ਬੜੀ ਸ਼ਾਂਤੀ ਨਾਲ ਹੋ ਗਿਆ ਜਿਨਨੇ ਸਿੱਖ ਕੌਮ ਦੇ ਲੀਡਰੜ ਪਰੜ ਕੇ ਹੋਏ ਸੀ ਉਹਨਾਂ ਦੀ ਜੋ ਸੀਗੀ ਭਾਵਨਾ ਉਹ ਕਬੂਲ ਹੋ ਗਿਆ ਤੇ ਇਸ ਖਬਰ ਨੂੰ ਇੱਥੇ ਖਤਮ ਕਰਦੇ ਆਂ ਅਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਤੁਸੀਂ ਇਸ ਨੂੰ ਆਪਣੇ ਸਬੰਧੀਆਂ ਨਾਲ ਮਿੱਤਰਾਂ ਨਾਲ ਸ਼ੇਅਰ ਕਰਨ ਨੂੰ ਬਾਤ ਤੋਂ ਬਾਅਦ ਇਸ ਨੂੰ ਫਲਾਉ ਇਸ ਦਾ ਸਾਂਝ ਪਾਓ ਤਾਂ ਜੋ ਸਾਡੀ ਇਸ ਵੀਡੀਓ ਦੀ ਸਾਡੇ ਚੈਨਲ ਦੀ ਜਿਹੜੀ ਹੈ ਉਸ ਦਾ ਤੁਸੀਂ ਅੱਗੇ ਵਿਦਾਨ ਵਿੱਚ ਯੋਗਦਾਨ ਪਾਓ ਮੇਰੀ ਗੁਜਾਰਿਸ਼ ਹੈ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ